ਤੁਹਾਨੂੰ ਲਾਈਵ ਦਿਖਾਵਾਂਗੇ ਕਿ ਕਿਵੇਂ ਦੁਕਾਨਦਾਰ ਤੇ ਸਕੂਲਾਂ ਦੀ ਕਿਵੇਂ ਸੈਟਿੰਗ ਹੈ। ਪਰਸੋਂ ਕਿਤਾਬ ਲਈ ਸੀ ਤੇ ਨਾਲ ਦੀ ਨਾਲ ਕਿਵੇਂ ਤੁਸੀਂ ਰੇਟ ਤੇ ਬਲੇਡ ਵੱਜੇ ਹੋਏ ਨੇ? ਸੈੱਟ ਲਿਆ ਸੀ ਜੀ ਅਸੀਂ ਨੇ ਪਰਸੋਂ, ਇੱਕ ਕਿਤਾਬ ਦੇ ਉੱਤੇ ਬਲੇਡ ਮਾਰ ਕੇ ਰੇਟ ਪੱਟਿਆ ਗਿਆ ਜੀ, ਉੱਤੇ ਨਵਾਂ ਸਟੀਕਰ ਲਾਇਆ ਗਿਆ ਸੀ। ਇੱਕ ਤੁਹਾਨੂੰ ਹੋਰ ਵੀ ਵੱਡੀ ਗੱਲ ਦਿਖਾਵਾਂਗੇ, ਜਿਹੜੀ ਕਿਹਾ ਜਾਂਦਾ ਕਿ ਪਿਛਲੇ ਸਾਲ ਨਾਲੋਂ ਸਿਲੇਬਸ ਵੱਧ ਗਿਆ, ਬਦਲ ਗਿਆ ਰੇਟ ਤਾਂ ਵੱਧ ਗਏ, ਹੁਣ ਤੁਹਾਨੂੰ ਸਿਲੇਬਸ ਬਦਲਿਆ ਹੋਇਆ ਵੀ ਦਿਖਾਉਂਦੇ ਹਾਂ, ਤੁਹਾਨੂੰ ਅੱਖੀਂ ਦਿਖਾਵਾਂਗੇ। ਇਹ ਪਿਛਲੀ ਵਾਲੀ ਕਿਤਾਬ ਹੈ ਜੀ, ਪੰਜਾਬੀ ਦੀ ਕਿਤਾਬ ਹੈ, ਅਤੇ ਤੁਸੀਂ ਦੇਖੋ ਇਹ ਤਾਂ ਉੱਠਾ ਆ ਬੱਚਾ, ਇਹਨੂੰ ਘਾਹ ਖਵਾ ਰਿਹਾ ਜੀ, ਉੜਾ ਉੱਠ। ਦੂਜੇ 'ਤੇ ਆੜਾ ਅਨਾਰ ਹੈ ਜੀ, ਅਤੇ ਸਿਲੇਬਸ ਬਦਲਿਆ ਹੋਇਆ ਕੀ ਆਇਆ, ਇੱਥੇ ਬੱਚਾ ਇਹਨੂੰ ਖਵਾ ਨਹੀਂ ਰਿਹਾ ਹੈਗਾ, ਕੱਖ ਨਹੀਂ ਖਵਾ ਰਿਹਾ। ਦੂਜੇ 'ਤੇ ਇੱਥੇ ਨਾਰ ਸਾਬਤਾ ਸੀ, ਇੱਥੇ ਨਾਰ ਫੁੱਟਿਆ ਗਿਆ, ਇਹਦੇ ਵਿੱਚ ਲਾਲ ਦਾਣੇ ਦਿਖਾਤੇ ਜੀ। ਦੇਖੋ ਜੀ, ਇਹ ਸਕੂਲ ਵੱਲੋਂ ਮਾਪਿਆਂ ਨੂੰ ਕਿਹਾ ਗਿਆ ਸੀ, ਆਹ ਲਿਖ ਕੇ ਮੈਡਮ ਨੇ ਸਕੂਲ ਦੀ ਨੇ ਦਿੱਤਾ ਕਿਹਾ ਸੀ ਕਿ ਆਹ ਜਗ੍ਹਾ 'ਤੇ ਜਾ ਕੇ ਜਿਹੜੇ 'ਤੇ ਆਪਾਂ ਹੁਣ ਜਾਵਾਂਗੇ ਉਹ 'ਤੇ ਤੁਸੀਂ ਜਾਓ ਕਿ ਉੱਥੋਂ ਕਿਤਾਬਾਂ ਲਓ। ਇਹਦਾ ਬਿੱਲ ਦੇ ਦੇ ਬਾਈ, ਹਾਂ ਵੀਰੇ ਉਹ 7 ਤਰੀਕ ਤੋਂ ਬਾਅਦ ਦੇ ਦਾਂ। ਕਿਉਂ ਮੋੜ ਦੱਸ ਤੈਨੂੰ, ਹੁਣ ਸਾਨੂੰ ਕਦੋਂ ਮਿਲੂਗੀ ਇਹ? 7 ਤਰੀਕ ਤੋਂ ਬਾਅਦ ਬਿੱਲ। ਹਾਂਜੀ ਬਿੱਲ ਪੂਰੇ ਨਹੀਂ ਜੀ, ਬਿੱਲ ਮੈਂ ਕੱਟੂ ਲੱਗੇ। ਇਹ ਨਾ ਵੀਰੇ ਜਿਵੇਂ ਕੰਪਨੀ ਦਾ ਕੋਈ ਪੁਰਾਣਾ ਸਟਾਕ ਹੁੰਦਾ ਵੀ ਉਹ ਨਵੀਂ ਲਿਸਟ ਦੇ ਮੁਤਾਬਕ ਲਾਉਂਦੇ ਨੇਗੇ, ਕਿ ਆਪਾਂ ਨਹੀਂ ਲਾਇਆ ਹੋਇਆ ਹੈਗਾ, ਕੰਪਨੀ ਦਾ ਹੀ ਹੈ ਯਾਰ। 35 ਰੁਪਏ ਮੈਂ MRP ਬਣਾਇਆ ਸੀਗਾ, ਵਿੱਚ 80 ਰੁਪਏ ਦੀ ਡੈਰੀ ਲੱਗੀ ਹੋਈ ਹੈ ਵੀ, ਯਾਨੀ ਕਿ ਹੁੰਦਾ 2000 80 ਰੁਪਏ ਡੈਰੀ। ਹਾਂਜੀ ਹਾਂ, ਕਿਹੜੀ ਡੈਰੀ? ਉਹ ਸਕੂਲ 'ਚ ਦੇਣਗੇ ਡੈਰੀ ਬੱਚੇ ਨੂੰ ਭੇਜੀ ਹੋਈ। ਪੈਸੇ ਤੂੰ ਕੱਟ ਰਹੇ ਬੜੇ ਭਾਈ, ਅਸੀਂ ਇਹ ਭੇਜੀਆਂ ਹੋਈਆਂ ਡੈਰੀਆਂ ਜੀ। ਇਹ ਕੀ ਮਤਲਬ ਹੋਇਆ? ਚੱਲ ਜਿਵੇਂ ਮਰਜ਼ੀ ਲਾ ਲੈ ਯਾਰ, ਤੂੰ ਡੈਰੀ ਦੇ ਪੈਸੇ ਵੀ ਨਾ ਦੇ, ਹੋਰ ਦੱਸ। ਐ ਥੋੜੀ ਹੁੰਦਾ, ਨਾ ਦੇ ਨਾਮ ਲਿਖ ਕੇ ਅਸੀਂ ਕਹਿ ਦਾਂਗੇ ਵੀ ਆ ਬੱਚੇ ਨੂੰ ਡੈਰੀ। ਨਾਰਮਲ ਜੀ ਗੱਲਬਾਤ ਆ, ਜਦੋਂ ਸਾਨੂੰ ਸਮਾਨ ਹੀ ਨਹੀਂ ਮਿਲਿਆ ਹੈਗਾ ਪਹਿਲਾਂ ਆਪਾਂ ਪੈਸੇ ਹੋਰ ਹੈ ਬਈ। ਹੁਣ ਬਹੁਤ ਮਾਨੇ ਐਲਾਨ ਜਿਹਾ ਕਰਿਆ ਹੋਇਆ ਸੀ ਉਹ ਬੜੇ ਭਾਈ, ਉਹਦਾ ਐਲਾਨ ਤਾਂ ਯਾਰ ਸਰਕਾਰਾਂ ਨੇ ਮਤਲਬ ਬਹੁਤ ਕੁਛ ਕਰਦੇ ਨੇ ਐਲਾਨ। ਇਹਦਾ ਆਪਣੇ ਲੋਕਾਂ ਨੂੰ ਭੜਕਾਉਣ ਵਾਸਤੇ ਹੁੰਦੀਆਂ ਨੇ ਸਰਕਾਰਾਂ, ਤੈਨੂੰ ਵੀ ਪਤਾ ਲੱਗ ਜੂ, ਮੈਨੂੰ ਪਤਾ ਲੱਗ ਜੂਗਾ ਵੀ ਭਾਈ ਇਹ ਕੀ ਕਰਦੇ ਨੇ ਕੀ ਨਾ ਕਰਦੇ ਨੇ। ਤੇ ਤੁਹਾਡੇ ਵੱਲੋਂ ਕੀਤੀ ਹੋਈ ਆ ਉਹ? ਨਹੀਂ ਨਹੀਂ ਸਰ, ਕਿਤਾਬ ਤਾਂ ਖਰੋ ਤੁਹਾਡੇ ਕੋਲ ਗਈ ਹੋਊਗੀ, ਤੁਸੀਂ ਕਟਿੰਗ ਕਰਕੇ ਉਹਦੇ ਸਟਿੱਕਰ ਲਾਏ ਹੋਏ ਨੇ ਆਪਣੇ ਕੁਛ? ਫਿਰ ਮਾਪਿਆਂ ਨੂੰ ਉਹ ਵੇਚੀ ਜਾ ਸਕਦੀ ਹੈ? ਸਰ ਜਦੋਂ ਤੁਹਾਨੂੰ ਮੈਂ ਪਿਕਚਰ ਤੋਂ ਬਾਅਦ ਤੁਸੀਂ ਫੋਨ ਨਹੀਂ ਚੱਕਣਾ ਸਰ ਫਿਰ ਕਿਤੇ? ਅਸੀਂ ਦੁਬਾਰਾ ਫਿਰ 7ਵੀਂ ਵਾਰ ਫੋਨ ਲਾ ਚੁੱਕੇ ਹੁੰਦੀ, ਅਤੇ ਦੁਬਾਰਾ ਅਸੀਂ ਫਿਰ ਇੱਕ ਵਾਰ ਲਾਸਟ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਕੁਛ ਕੁ ਲੋਕ ਕਹਿਣਗੇ ਕਿ ਇੱਕ ਵਾਰ ਉਹਨਾਂ ਦਾ ਕੰਪਨੀ ਦਾ ਜਾਂ ਕੱਲ੍ਹ ਨੂੰ ਉਹ ਕਹਿ ਸਕਦੇ ਕਿ ਸਾਨੂੰ ਫੋਨ ਨਹੀਂ ਕੀਤਾ, ਅਤੇ ਅਸੀਂ ਦੁਬਾਰਾ ਇੱਕ ਲਾਈਵ 'ਚ ਦੁਬਾਰਾ ਫਿਰ ਉਹਨਾਂ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕਰਾਂਗੇ। ਆਹ ਦੇਖ ਸਕਦੇ ਹੋ ਜੀ ਦੁਬਾਰਾ ਫਿਰ ਸਵਿਚ ਆਫ ਆ ਗਿਆ ਫੋਨ। ਪੰਜਾਬ ਸਥਾਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਸੁਖਵੀਰ ਸਿੰਘ ਖੜਿਆਲ ਤੁਹਾਡਾ ਸਵਾਗਤ ਕਰਦਾ। ਅੱਜ ਦੀ ਜਿਹੜੀ ਵੀਡੀਓ ਹੈ ਇਹ ਹਰ ਇੱਕ ਵਾਸਤੇ, ਪਹਿਲੀ ਗੱਲ ਤਾਂ ਜਾਣਕਾਰੀ ਵਾਸਤੇ ਅਤੇ ਨੌਲੇਜ ਵਾਸਤੇ ਵੇਖਣੀ ਜ਼ਰੂਰੀ ਹੈ, ਅਤੇ ਨਾਲ ਦੀ ਨਾਲ ਅਸੀਂ ਕਦੇ ਕਿਹਾ ਨਹੀਂ ਹੈਗਾ ਵੀਡੀਓ ਸ਼ੇਅਰ ਕਰਨ ਨੂੰ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਅਸੀਂ ਤੁਹਾਨੂੰ ਇੱਕ ਲਾਈਵ ਇੱਕ ਸਟਿੰਗ ਦਿਖਾਵਾਂਗੇ ਕਿ ਜਿਹੜਾ ਤਾਜ਼ਾ ਫੈਸਲਾ ਆਇਆ ਸੀ, ਹੁਣ ਐਲਾਨ ਹੋਇਆ ਸੀ ਭਗਵੰਤ ਮਾਨ ਸਰਕਾਰ ਦਾ, ਕਿ ਜਿਹੜੇ ਸਕੂਲ ਨੇ ਉਹ ਮਾਪਿਆਂ ਨੂੰ ਜੇ ਕਹਿਣਗੇ ਨਹੀਂ ਕਿ ਮਨਮਰਜ਼ੀ ਦੀਆਂ ਜਿਹੜੇ ਸਕੂਲ ਨੇ ਵੀ ਇੱਥੋਂ ਕਿਤਾਬਾਂ ਲੈਣੀਆਂ ਨੇ, ਫੀਸਾਂ ਬਾਰੇ ਕਾਫੀ ਐਲਾਨ ਹੋਏ ਸੀ। ਇੱਕ ਤੁਹਾਨੂੰ ਹੁਣ ਲਾਈਵ ਦਿਖਾਵਾਂਗੇ ਕਿ ਕਿਵੇਂ ਦੁਕਾਨਦਾਰ ਅਤੇ ਸਕੂਲਾਂ ਦੀ ਕਿਵੇਂ ਸੈਟਿੰਗ ਹੈ, ਸਕੂਲਾਂ ਵਾਲੇ ਕਿੱਥੇ ਕਿਤਾਬਾਂ ਵਾਸਤੇ ਭੇਜਦੇ ਨੇ, ਕਿਸ ਉੱਥੋਂ ਕਿਤਾਬਾਂ ਲੈਣੀਆਂ ਨੇ, ਅਤੇ ਉਦੋਂ ਬਾਅਦ ਨਾਲ ਦੀ ਨਾਲ ਆਪਾਂ ਕੁਛ ਮਾਪੇ ਨੇ ਇੱਥੋਂ, ਅਸੀਂ ਲਹਿਰੇ ਹਲਕੇ ਦੇ ਵਿੱਚ ਖੜ੍ਹੇ ਹਾਂ,
ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਨੌਜਵਾਨਾਂ ਨਾਲ। ਇੱਥੋਂ ਲਹਿਰਾ 4 ਕਿਲੋਮੀਟਰ, ਆਪਾਂ ਇੱਥੋਂ ਲਾਈਵ ਵੀ ਜਾਵਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਪਹਿਲੀ ਗੱਲ ਤਾਂ ਜਿਹੜਾ ਆਹ ਹੋਣ ਵਾਲੇ ਆਪਾਂ ਮਸਲੇ 'ਤੇ ਜਿਹੜਾ ਗੱਲ ਕਰਨ ਜਾ ਰਹੇ ਹਾਂ, ਕਿਤਾਬਾਂ ਵਾਲੇ 'ਤੇ ਜਿਹੜਾ ਤਾਜ਼ਾ ਕਹਿ ਰਹੀ ਮਾਪਿਆਂ ਦੀ ਲੁੱਟ ਹੋ ਰਹੀ ਹੈ, ਕਿ ਜਿਵੇਂ ਪਹਿਲਾਂ ਅਲੱਗ ਤਰ੍ਹਾਂ ਦੇ ਮਾਫੀਏ ਹੁੰਦੇ ਸੀ, ਹੁਣ ਇੱਕ ਸਕੂਲ ਮਾਫੀਆ ਵੀ ਹੋ ਗਿਆ। ਅਤੇ ਬਾਈ ਜੀ ਉਹਦੇ ਵਾਸਤੇ ਜਿਹੜਾ ਥੋੜ੍ਹਾ ਜਿਹਾ ਆਪਾਂ ਦਰਸ਼ਕਾਂ ਨੂੰ ਦੱਸਾਂਗੇ, ਉਹ ਥੋੜ੍ਹਾ ਜ਼ਰੂਰ ਬਾਈ ਕਲੀਅਰ ਕਰੂਗਾ। ਵੀਰੇ ਇਹ ਤਾਂ ਪਹਿਲਾਂ ਸਕੂਲਾਂ 'ਚ ਲੁੱਟ ਹੁੰਦੀ ਸੀ, ਹੁਣ ਵੀ ਹੁੰਦੀ ਹੈ। ਆਪਾਂ ਨੂੰ ਐਂ ਵੀ ਸਰਕਾਰ ਚੇਂਜ ਹੋ ਗਈ, ਇਹ ਲੁੱਟ ਸੁੱਟ ਘੱਟ ਜੂਗੀ ਨਾ, ਮੈਨੂੰ ਤਾਂ ਲੱਗਦਾ ਨਹੀਂ ਵੀ ਘਟੂਗੀ ਨਾ। ਇਹ ਕੱਲ੍ਹ ਦੀ ਗੱਲ ਹੈ ਨਾ, ਕਿਤਾਬਾਂ 'ਤੇ ਜਦ ਦੁਕਾਨ 'ਤੇ ਜਾਂਦੇ ਹਾਂ, ਨਰਸਰੀ ਦੀਆਂ UKG ਦੀਆਂ ਕਲਾਸ ਦੀਆਂ ਕਿਤਾਬਾਂ ਲੈਂਦੇ ਹਾਂ ਤਾਂ 2000 ਰੁਪਈਆ ਬੋਲਦੇ ਨੇ ਨਾ। ਜੇ ਉੱਥੇ ਜਾ ਕੇ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਵੀ ਸੈਟਿੰਗ ਹੈ ਸਾਡੀ, ਉਹ ਸੈਟਿੰਗ ਦਾ ਨਹੀਂ ਸਾਲਾ ਸਮਝ ਆ ਰਿਹਾ ਵੀ ਸਕੂਲ ਵਾਲਿਆਂ ਨਾਲ ਅਕੈਡਮੀ ਨਾਲ ਸੈਟਿੰਗ ਕਰਕੇ ਇੱਕ ਕੁੱਤੇ ਸੈਟਿੰਗ ਕਿਤਾਬਾਂ ਵਾਲੇ ਨਾਲ ਹੈ ਨਾ। ਜੇ ਉਹਨਾਂ ਨੂੰ ਜਾ ਕੇ ਆਪਾਂ ਕਹਿੰਦੇ ਵੀ ਇਹ 'ਚ ਲੈੱਸ ਕਰੋ ਤਾਂ ਕਹਿੰਦੇ 10% ਲੈੱਸ, 10% ਮਗਰੋਂ ਵੀ ਆਉਂਦੀ ਲੈੱਸ, 10 ਤੋਂ ਘੱਟ ਕਰਦੇ ਨੇ ਇਹ ਵੀ। ਹੁਣ ਤੂੰ ਐਂ ਦੇਖ ਲੈ, ਪਿਛਲੇ ਸਾਲ ਵਾਲਾ ਰੇਟ ਦੇਖ ਲੈ, ਹੁਣ ਵਾਲਾ ਰੇਟ ਦੇਖ ਲੈ ਨਾ। ਇਹ ਜਿਹੜੀ ਕਿਹੜੀ ਕਲਾਸ ਦੀ ਹੈ ਬਾਈ ਜੀ ਇਹ? ਆ UKG ਦੀ ਹੈ। ਹਾਂ, UKG ਦੀ ਕਲਾਸ ਹੈ। ਪਿਛਲੇ ਸਾਲ ਵਾਲੀ ਹੈ, ਐਤਕੇ ਸੀ ਇਹ 2 ਦੀ ਹੈ। 2 ਦੀ ਹੈ, ਇਹ ਤੇ ਰੇਟ ਦੇਖ ਪਿਛਲੇ ਪਾਸੇ ਰੇਟ ਇਹਦੇ 130 ਰੁਪਈਏ। ਇਹ 130 ਹੈ, ਇੱਕ ਆ ਨਵੀਂ ਆਈ ਹੈ, ਇੱਕ ਐਤਕੀ ਇਹ ਤੇ ਦੇਖ ਬਾਈ, 1 ਮਿੰਟ 160 ਰੁਪਈਏ ਇਹ ਤੇ 160 ਰੁਪਈਏ ਇਹਦੇ ਵਿੱਚੋਂ ਦੇਖ ਨਾ, ਇਹਦੇ ਉੱਤੇ ਰੇਟ ਪੱਟੇ ਹੋਏ ਇਹਨਾਂ ਨੇ। ਹਾਂ, ਆਪ ਰੇਟ ਨਾਲ ਪੱਟੇ, ਜਿਹੜੀ ਵੱਡੀ ਗੱਲ ਹੈ ਕਿ ਜਿਹੜੇ ਰੇਟ ਸੀ ਉਹ ਪੱਟੇ ਹੋਏ ਨੇ, ਤੇ ਹੁਣ ਇੱਕ ਕੈਮਰਾਮੈਨ ਨੂੰ ਕਹੋ ਇਹ ਰੇਟ ਪੱਟੇ ਹੋਏ ਦਿਖਾਇਆ ਵੀ। ਰੇਟ ਪੱਟੇ ਹੋਏ ਦਿਖਾ ਰਹੇ ਜੀ, ਅਸੀਂ ਨੇ ਪਰਸੋਂ ਲਈ ਸੀ, ਪਰਸੋਂ ਕਿਤਾਬ ਲਈ ਸੀ ਤੇ ਨਾਲ ਦੀ ਨਾਲ ਕਿਵੇਂ ਤੁਸੀਂ ਰੇਟ ਤੇ ਬਲੇਡ ਵੱਜੇ ਹੋਏ ਨੇ? ਸੈਟ ਲਿਆ ਸੀ ਜੀ ਅਸੀਂ ਨੇ ਪਰਸੋਂ, ਇੱਕ ਕਿਤਾਬ ਦੇ ਉੱਤੇ ਬਲੇਡ ਮਾਰ ਕੇ ਰੇਟ ਪੱਟਿਆ ਗਿਆ ਜੀ, ਉੱਤੇ ਨਵਾਂ ਸਟੀਕਰ ਲਾਇਆ ਗਿਆ ਸੀ। ਆਹ ਸਟੀਕਰ ਵਾਲੀ ਦੇਖੋ ਜੀ, ਅਸੀਂ ਨੇ ਇੱਕ ਸੈੱਟ ਅੱਜ ਹੋਰ ਖਰੀਦਿਆ ਜੀ, ਵੀ ਸੱਚਾਈ ਸਾਹਮਣੇ ਆਵੇ ਲੋਕਾਂ ਦੇ ਸਾਹਮਣੇ। ਆ ਇਹਨਾਂ ਨੇ ਸਟੀਕਰ ਲਾਇਆ ਗਿਆ ਜੀ, ਆਹ ਦੇਖੋ ਜੀ, ਇਹ ਆਪਣਾ ਆਪਦੇ ਵੱਲੋਂ ਸਟੀਕਰ ਲਾਇਆ ਗਿਆ ਜੀ ਇਹਨਾਂ ਨੇ। ਅਤੇ ਮੈਂ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਜੀ ਵੀ ਪੰਜਾਬ ਸਰਕਾਰ ਬਣੀ ਹੈ, ਹੁਣ ਮਾਨ ਸਾਹਿਬ ਨੇ ਸਰਕਾਰ ਬਣਾਈ ਹੈ ਆਪਣਾ ਸਿੱਖਿਆ ਦੇ ਉੱਤੇ ਅਤੇ ਕਰਪਸ਼ਨ ਬੰਦ ਕਰਨ ਦੇ ਉੱਤੇ। ਦਿੱਲੀ ਮਾਡਲ ਕਹਿ ਰਿਹਾ ਸੀ ਮਾਨ ਸਾਹਿਬ, ਭਗਵੰਤ ਮਾਨ ਸਾਹਿਬ, ਹੁਣ ਪੰਜਾਬ ਦਾ ਹਾਲ ਦੇਖੋ ਵੀ ਕੀ ਹੋ ਰਿਹਾ, ਵੱਡੇ ਲੈਵਲ ਦੇ ਉੱਤੇ ਲੁੱਟ ਹੋ ਰਹੀ ਹੈ। ਇੱਧਰੋਂ ਤਾਂ ਕਿਸਾਨੀ ਖਤਰੇ 'ਚ ਹੈ, ਉਸ ਤੋਂ ਬਾਅਦ ਬੱਚਿਆਂ ਦੀ ਲੁੱਟ ਹੋ ਰਹੀ ਹੈ। ਇਹਨੂੰ ਨੱਥ ਪਾਉਣ ਵਾਸਤੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਤੇਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਹਿਰਾ ਗਾਗਾ ਹਲਕਾ ਹੈ, ਉਸ ਦੇ ਵਿੱਚ ਪੰਜਾਬ ਬੁੱਕ ਡੀਪੂ ਹੈ ਜਿਹੜਾ, ਉਹ ਕਿਸ ਤਰ੍ਹਾਂ ਲੁੱਟ ਕਰ ਰਹੇ ਲੋਕਾਂ ਦੀ। ਮਸਲਾ ਇਹ ਨਹੀਂ 500-400 ਰੁਪਈਏ ਦਾ ਅਸੀਂ ਦੇ ਦਿੰਦੇ, ਪਰ ਜੋ ਮਾਪੇ ਗਰੀਬ ਹਨ, ਬੱਚਿਆਂ ਦੀਆਂ ਫੀਸਾਂ ਮਸਾਂ ਭਰਦੇ ਨੇ, ਉਹ ਇੱਥੇ ਮਗਰ ਮੱਛ ਚਿੰਬੜੇ ਹੋਏ ਨੇ ਇਹਨਾਂ ਨੂੰ ਵੀ ਬੱਚਿਆਂ ਨੂੰ ਕਿਵੇਂ ਪੜ੍ਹਾਉਣਾ। ਗੱਲ ਇਹ ਹੈ ਵੀ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਸਰਕਾਰ ਨੂੰ ਵੀ ਇੱਧਰ ਚੰਗੀ ਤਰ੍ਹਾਂ ਗੌਰ ਕਰੋ, ਬਾਹਰਲੀਆਂ ਸਟੇਟਾਂ ਦੇ ਵਿੱਚ ਰੈਲੀਆਂ ਕਰਨ ਦਾ ਕੋਈ ਫਾਇਦਾ ਨਹੀਂ, ਜੇ ਆਪਣੇ ਹੀ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਗਾਗਾ ਦੇ ਵਿੱਚ ਇਹ ਕੰਮ ਹੋ ਰਿਹਾ। ਬਾਕੀ ਫਰਜ਼ ਤਾਂ ਸਾਰਾ ਬਣਦਾ ਵੀ ਪੰਜਾਬ ਸਰਕਾਰ ਪੰਜਾਬ ਦੇ ਉੱਤੇ ਨਿਗਾਹ ਰੱਖੇ, ਪਰ ਅਸੀਂ ਆਸ ਕਰਦੇ ਹਾਂ ਭਗਵੰਤ ਮਾਨ ਸਾਹਿਬ ਤੋਂ ਵੀ ਜਿਹੜੀ ਇਹ ਕਰਪਸ਼ਨ ਹੋ ਰਹੀ ਹੈ ਇਸ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ, ਨੱਥ ਪਾਈ ਜਾਵੇ। ਬਿਲਕੁਲ, ਇੱਕ ਤੁਹਾਨੂੰ ਹੋਰ ਵੀ ਵੱਡੀ ਗੱਲ ਦਿਖਾਵਾਂਗੇ, ਜਿਹੜੀ ਕਿਹਾ ਜਾਂਦਾ ਕਿ ਪਿਛਲੇ ਸਾਲ ਨਾਲੋਂ ਸਿਲੇਬਸ ਬਦਲ ਗਿਆ, ਰੇਟ ਤਾਂ ਵੱਧ ਗਏ, ਹੁਣ ਤੁਹਾਨੂੰ ਸਿਲੇਬਸ ਬਦਲਿਆ ਹੋਇਆ ਵੀ ਦਿਖਾਉਂਦੇ ਹਾਂ, ਤੁਹਾਨੂੰ ਅੱਖੀਂ ਦਿਖਾਵਾਂਗੇ। ਇਹ ਪਿਛਲੀ ਵਾਲੀ ਕਿਤਾਬ ਹੈ ਜੀ, ਪੰਜਾਬੀ ਦੀ ਕਿਤਾਬ ਹੈ, ਅਤੇ ਤੁਸੀਂ ਦੇਖੋ ਇਹ ਤਾਂ ਉੱਠਾ ਹੈ, ਆ ਬੱਚਾ ਇਹਨੂੰ ਘਾਹ ਖਵਾ ਰਿਹਾ ਜੀ, ਉੜਾ ਉੱਠ। ਦੂਜੇ 'ਤੇ ਆੜਾ ਅਨਾਰ ਹੈ ਜੀ, ਅਤੇ ਸਿਲੇਬਸ ਬਦਲਿਆ ਹੋਇਆ ਕੀ ਆਇਆ, ਇੱਥੇ ਬੱਚਾ ਇਹਨੂੰ ਖਵਾ ਨਹੀਂ ਰਿਹਾ ਹੈਗਾ, ਕੱਖ ਨਹੀਂ ਖਵਾ ਰਿਹਾ। ਦੂਜੇ 'ਤੇ ਇੱਥੇ ਨਾਰ ਸਾਬਤਾ ਸੀ, ਇੱਥੇ ਨਾਰ ਫੁੱਟਿਆ ਗਿਆ, ਇਹਦੇ ਵਿੱਚ ਲਾਲ ਦਾਣੇ ਦਿਖਾਤੇ, ਇਹ ਸਿਲੇਬਸ ਬਦਲਿਆ ਜੀ। ਅਤੇ ਤੁਸੀਂ ਤੁਹਾਨੂੰ ਗਾਹਾਂ ਵਾਲੀਆਂ ਚੀਜ਼ਾਂ ਦਿਖਾਉਂਦੇ ਹਾਂ ਕਿ ਸਿਲੇਬਸ ਤੁਸੀਂ ਬਦਲਿਆ ਹੋਇਆ, ਜਿਹੜਾ ਕਿਹਾ ਜਾਂਦਾ ਕਿ ਸਿਲੇਬਸ ਬਦਲ ਗਿਆ। ਇੱਥੇ ਈੜੀ ਇਲ ਸੀ, ਇੱਥੇ ਇੰਜਣ ਕਰਤਾ ਜੀ, ਅਤੇ ਇੱਥੇ ਸੇਬ ਦੇ 2 ਅੱਖਾਂ 3 ਅੱਖਾਂ ਸੀ ਪਿਛਲੀ ਵਾਰੀ, ਐਤਕੀ ਸੇਬ ਕਲਾ ਸਾਬਤਾ ਕਰਤਾ। ਅਤੇ ਵੱਡੀ ਗੱਲ ਹੈ ਕਿ ਪਿਛਲੀਆਂ ਚੀਜ਼ਾਂ ਇੱਥੇ ਜਿਹੜਾ ਹਾਹਾ ਹਾਥੀ ਛੋਟਾ ਸੀ, ਇੱਥੇ ਹਾਥੀ ਵੱਡਾ ਕਰਤਾ। ਸੋ ਕਹਿਣ ਦੀ ਗੱਲ ਹੈ ਕਿ ਜੇ ਬਦਲਾਓ ਹੁੰਦਾ ਕਿ ਉਹ ਕਿਸੇ ਹੋਰ ਤਰੀਕੇ ਨਾਲ ਤਾਂ ਚਾਹੀਦਾ ਸੀ, ਕਿਉਂਕਿ ਚੀਜ਼ਾਂ ਉਹੀ ਨੇ, ਬਸ ਇੱਕ ਪੈਸੇ ਬਣਾਉਣ ਦੇ ਮਾਰੇ ਨੇ ਸਿਰਫ ਇਹ ਚੀਜ਼ਾਂ ਕਰਤੀਆਂ। ਅਸੀਂ ਹੁਣ ਲਾਈਵ ਆਪਾਂ ਲਹਿਰਾ ਇੱਥੋਂ 4 ਕਿਲੋਮੀਟਰ ਹੈ, ਤੁਸੀਂ ਜੁੜੇ ਰਹੋ ਸਾਡੇ ਨਾਲ ਲਾਈਵ, ਆਪਾਂ ਉਹ ਦੁਕਾਨ 'ਤੇ ਵੀ ਚੱਲਾਂਗੇ ਜਿੱਥੋਂ ਇਹ ਕਿਤਾਬਾਂ ਆਈਆਂ ਨੇ, ਕਿ ਕੀ ਗੱਲਬਾਤ ਹੈ। ਜਿਹੜੀ ਵੱਡੀ ਗੱਲ ਹੋਰ ਹੈ ਇੱਕ ਬਾਈ ਜੀ, ਕਿ ਉਹ ਪਰਚੀਆਂ ਵਾਲਾ ਵੀ ਜ਼ਰੂਰ ਦਿਖਾ ਦਿਉ, ਜਿਹੜੀਆਂ ਨਵੀਆਂ ਕਿਤਾਬਾਂ ਵੀ ਨੇ, ਜਦੋਂ ਕਿ ਅਸੀਂ ਕੰਪਨੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਆਪਾਂ ਲਾਈਵ 'ਚ ਹੀ ਉਹ ਗੱਲਬਾਤ ਵੀ ਤੁਹਾਡੇ ਪੇਸ਼ ਕਰਾਂਗੇ ਤੁਹਾਡੇ ਸਾਹਮਣੇ, ਕਿ ਉਹਨਾਂ ਨੇ ਕਿਹਾ ਗਿਆ ਕਿ ਕੋਈ ਰੇਟ ਜਿਹੜਾ ਇੱਥੋਂ ਪ੍ਰਿੰਟ ਹੋ ਕੇ ਆਉਂਦਾ, ਕੋਈ ਪਰਚੀ ਨਹੀਂ ਰਾਹ 'ਚ ਲਾ ਸਕਦਾ, ਦੁਕਾਨਦਾਰ ਕੀ ਕਹਿੰਦਾ ਆਪਾਂ ਉਹ ਵੀ ਤੁਸੀਂ ਲਾਈਵ ਵੀਡੀਓ ਦੇ ਵਿੱਚ ਸੁਣੋਗੇ। ਜਿਵੇਂ ਪਹਿਲਾਂ ਇੱਕ ਗੱਲਬਾਤ ਆ ਹੋਰ ਵੀ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਜੀ, ਆਹ ਪਰਚੀ ਦੇਖੋ ਜੀ,
यह स्कूल वालों मापिया नूं कहा गया सी आ लिख के मैडम ने स्कूल दी ने दिता कहा सी कि आ जगह ते जाके जिहड़े ते आपां हुण जा जावांगे उते तुसीं जाओ कि उत्थों किताबां लो आ पर्ची थोड़े सामने है ते नाल दी नाल आपां तुसीं जुड़े रहो आपां पहलां हुण लहरे चलदे आ उदों बाद करदे आ आके आपां गलबात दो कापियां दे दो बहुत ने ना पईयां ने रजिस्टर ना तिन्ने मिल दी हां जी हां जी बापू जी ₹2500 तेन कोई आए तो नहीं कहते तेन बिल नहीं दे सकते ठीक है ना बिल जिन्ने मर्जी कटा के ले कटनी पे बिल बुक यार टर्न भरन करके गई हुई है सत तरीक तक बीजी ने अकाउंटेंट बिल कटवा देंगे दो सेट होर प्रूफ ले लै मोर दे दे बल्ला के मोर दुकान दी मोर मोर दुकान दी है कोई साइन करके दे दे हां साइन करके कि मोर होगी छोटी मोटी कुछ ना कुछ लो ये भी ले दो बिल 7 तरीक तो बाद दे देंगे हां ये लिख के दे 7 तरीक कितनी तरीक है आज आज मन लगे 2 तरीक है ना पैसे दे देख के कर ले फिर थे लेके जाएंगे 90 रुपये नु लो जी 54 या खोल लेंगे हां जी 54 तो बाद 56 हां जी कर दे मैं खोल के देख हां जी इधर ही भाई लवा ला और ले इस मेरा कोई यहां रेजर पेंसिल तो करते ही लेनी लेनी एक मिनट अब भाई नु चेक तो कर लूंगा पिछे पार्टी पुट्टी देख लगे पार्टी पुट्टी फिर भी घरे भी आराम चेक कर लियो कोई लिखा है
ਨੋਟ ਫੋਰ ਸੇਲ ਜੀ ਹਾਂ ਫਿਰ ਇਹ ਸੇਲ ਕਦੋਂ ਕਰਨੇ ਇਹ ਵੀਰੇ ਕੰਪਨੀ ਵਾਲੇ ਨਾ ਕਈ ਵਾਰੀ ਵਿੱਚ ਆ ਜਾਂਦੇ ਆ ਇਹ ਮਿਸਟੇਕ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਈ ਵਾਰੀ ਸਾਨੂੰ ਕੋਈ ਸਕੂਲ ਆ ਨਾ ਮੋੜ ਦੇਣ ਬਾਈ ਜੇ ਵੀਰੇ ਮੋੜ ਦਾ ਮੈਂ ਬਦਲ ਕੇ ਦੇ ਦਿੰਦਾ ਹੋਰ ਦੱਸ ਹੁਣ ਵੀ ਬਦਲ ਕੇ ਦੇ ਕੋਈ ਗੱਲ ਨਹੀਂ ਕੋਈ ਦਿੱਕਤ ਵਾਲੀ ਉਹ ਕਈ ਵਾਰੀ ਦਾ ਸੁਭਾਅ ਐਸੇ ਹੀ ਆ ਕਿਤੇ ਕਈ ਵਾਰੀ ਹੁੰਦਾ ਹਾਂ ਵਿੱਚ ਦੂਜਿਆਂ ਦਾ ਪਤਾ ਪਾਰਟੀ ਪੁੱਟੀ ਨਾ ਫਿਰ ਬਦਲਣਾ ਵੀ ਦੂਰ ਆਉਣਾ ਔਖਾ ਹੋਵੇ ਜਰਤਾਂ ਚੜਾਉਣ ਦੀ ਲੋੜ ਇਹਨਾਂ ਪੈ ਚੈੱਕ ਕਰ ਲਿਓ ਇਹ ਚੈੱਕ ਕਰ ਲਈ ਆ ਵੀਰੇ ਆ ਰੇਟ ਕਿਵੇਂ ਲੱਗਿਆ ਇਹ ਤੇ ਇਹ ਨਾ ਵੀਰੇ ਜਿਵੇਂ ਕੰਪਨੀ ਦਾ ਕੋਈ ਪੁਰਾਣਾ ਸਟਾਕ ਹੁੰਦਾ ਵੀ ਉਹ ਨਵੀਂ ਲਿਸਟ ਦੇ ਮੁਤਾਬਕ ਲਾਉਂਦੇ ਨੇਗੇ ਕਿ ਆਪਾਂ ਨਹੀਂ ਲਾਇਆ ਹੋਇਆ ਹੈਗਾ ਕੰਪਨੀ ਦਾ ਹੀ ਹੈ ਕੰਪਨੀ ਕੰਪਨੀ ਹਾਂ ਇਹਦੇ ਵਿੱਚ ਐਡਰੈਸ ਵੀ ਹੋਊਗਾ ਨੰਬਰ ਵੀ ਉਹ ਤੁਸੀਂ ਚੈੱਕ ਵੀ ਕਰ ਸਕਦੇ ਜੀ ਅੱਛਾ ਇਹਨਾਂ ਦਾ ਨੰਬਰ ਕਿੱਥੇ ਹੁੰਦਾ ਕੰਪਨੀ ਵਾਲਾ ਦਾ ਤੁਸੀਂ ਆਨਲਾਈਨ ਚੈੱਕ ਕਰ ਲਓ ਜੀ ਵਿਸ਼ਵ ਬੁੱਕਸ ਦਾ ਕੋਈ ਦਿੱਕਤ ਵਾਲੀ ਗੱਲ ਕਿਹੜੀ ਇਹ ਵਿਸ਼ਵ ਬੁੱਕਸ ਪਿੱਛੇ ਕੰਪਨੀ ਦਾ ਐਡਰੈਸ ਬਾਈ ਬੋਲਦੇ ਜੀ ਕਿ ਇਹ ਸਾਰੀਆਂ ਵਿਸ਼ਵ ਵਾਲੀਆਂ ਨੇ ਕਿ ਭਾਈ ਅੱਡੋ ਅੱਡੀ ਉਹ ਵੀ ਹੁੰਦੀਆਂ ਨੇ ਇਹ ਤਾਂ ਸਹੀ ਰੇਟ ਲੱਗੇ ਨਾ ਬ੍ਰਦਰ ਮੈਂ ਉਹੀ ਗੱਲ ਕਹਿ ਰਿਹਾ ਜੀ ਇਹ ਨਾ ਜਿਵੇਂ ਮੰਨ ਲਓ ਕੋਈ ਕੰਪਨੀ ਦਾ ਪੁਰਾਣਾ ਸਟਾਕ ਬਚ ਗਿਆ ਫਿਰ ਉਹ ਰੇਟ ਰਿਵਾਈਜ਼ ਕਰਦਾ ਮੈਂ ਬੋਲਦੇ ਨਹੀਂ ਭਾਈ ਐਂ ਤਾਂ ਫਿਰ ਆਪਾਂ ਤਾਂ ਕੁਛ ਮਰਜ਼ੀ ਰੇਟ ਲਾ ਦਿਆ ਕਰੀਏ ਜੀ ਆਹ ਕੀ ਕਿੰਨਾ ਨਾਲ ਹੈ ਜੀ ਹਰਪਾਲ ਹੈਲੋ ਪੜਾਂਗੇ ਤਾਂ ਆਪਾਂ ਹਾਂਜੀ ਹਰਪਾਲ ਸਰ ਵਧੀਆ ਸਰ ਵਧੀਆ ਤੁਸੀਂ ਦੱਸੋ ਅਕਾਲ ਸਿੰਘ ਅਕੈਡਮੀ ਕਿਹੜੀ ਕਲਾਸ ਦੀ ਆ ਵੀਰੇ ਇਹ ਤੇ ਵੀ ਐਂ ਲੱਗੇ ਯਾਰ ਨਾ ਹਾਂਜੀ 4th ਕਿਵੇਂ ਕਰਨਾ ਇਹਨਾਂ ਦਾ ਜਲਦੀ ਜੀ ਰੇਟ ਦਿਖੇ ਨਾ ਤੁਹਾਨੂੰ ਕੋਈ ਹੋਰ ਸੈੱਟ ਵੀ ਦਿਖਾ ਦਿੰਦੇ ਆ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਉੱਥੇ ਵੀ ਸੇਮ ਹੀ ਰੇਟ ਲੱਗੇ ਹੋਣਗੇ ਹਾਂ ਆਪਾਂ ਉਹੀ ਤੁਹਾਨੂੰ ਚੈੱਕ ਕਰਾ ਦਿੰਦੇ ਇੱਕ ਇੱਕ ਕਿਤਾਬ ਦੇ ਕੋਈ ਦਿੱਕਤ ਵਾਲੀ ਗੱਲ ਪਵਨ UK ਦਾ ਵੀਰੇ ਇਹਨਾਂ ਨੂੰ ਇੱਕ ਸੈੱਟ ਹੋਰ ਦੇ ਦੇਖੇਗਾ ਇਹ ਤੇ ਬਈ ਦੇਖੇ ਐਂ ਲੱਗੇ ਪਰਚੀ ਨਾ ਬ੍ਰਦਰ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਈ ਵਾਰ ਨਾ ਜੀ ਪੁਰਾਣੇ ਪ੍ਰਿੰਟ ਦੀ ਹੁੰਦੀ ਹਾਲ ਜੀ ਕਿਹੜੀ ਕਿਤਾਬ ਹੈ ਜੀ ਸਮਾਈਲ ਵਰਡ ਦੀ ਵੈਸੇ ਤੁਹਾਨੂੰ ਇਹ ਕਹਿਣਾ ਚਾਹੀਦਾ ਉੱਪਰ ਵੀ ਕਈ ਵਾਰ ਤੁਹਾਨੂੰ ਗਾਹਕ ਆ ਕੇ ਇਹ ਵੀ ਆਪ ਲੱਗੇ ਨਹੀਂ ਆਪ ਕਿਵੇਂ ਲੱਗਿਆ ਹੋਇਆ ਹੋਰ ਕੀ ਇਹ ਆਹ ਵੀ ਕੰਪਨੀ ਨਹੀਂ ਲਾਇਆ ਹੋਇਆ ਜੀ ਕੰਪਨੀ ਨਹੀਂ ਲਾਇਆ ਹੋਇਆ ਜੀ ਅਸੀਂ ਤਾਂ ਕੌਣ ਹੁੰਦੇ ਆ ਕੇ ਲਾਣ ਵਾਲੇ ਫਿਰ ਤਾਂ ਆਪਾਂ ਤਾਂ ਜੀ ਜਿੰਨਾ ਮਰਜ਼ੀ ਉਹ ਲਾ ਜਾ ਕਰੀਏ ਹੋਰ ਕਿਹੜੀ ਕਿਤਾਬ ਤੇ ਕਹਿੰਦੇ ਜੀ ਵੀਰੇ ਆਹ ਦੇਖੋ ਜੀ ਮੈਂ ਆਹ ਵਾਲੀ ਇਹ ਤਾਂ ਸਾਈਡ ਰੱਖ ਦੇ ਇਹ ਤਾਂ ਅਲੱਗ ਨੇ ਇਹ ਤਾਂ ਨਹੀਂ ਹੋਣਾ ਇਹ ਤਾਂ ਸਹੀ ਹੈ ਹੋਰ ਕਿਹੜੀ ਤੇ ਕਹਿੰਦੇ ਸੀਗੇ ਪੁਰਾਣਾ ਸਟਾਕ ਜਦੋਂ ਬਚ ਜਾਂਦਾ ਨਾ ਉਹ ਸਰਕਾਰੀ ਕਿਤਾਬ ਹੈ ਮੰਨ ਲੈ 2014 ਦੇ ਵਿੱਚ ਸਰਕਾਰ ਨੇ ਪ੍ਰਿੰਟ ਕਰਤੀ ਉਹਦਾ ਰੇਟ ਉਦੋਂ ਸੀਗਾ 52 ਰੁਪਏ ਠੀਕ ਹੈ ਜੀ ਕਾਗਜ਼ ਨਾਲ ਸਾਡੀ ਦੁਕਾਨਦਾਰ ਦੀ ਕਿਉਂ ਲੜਾਈ ਹੁੰਦੀ ਹੈ ਅੱਜ ਜਦੋਂ ਸਰਕਾਰ ਲਵੇ 2014 ਵਾਲੀ ਕਿਤਾਬ ਖਤਮ ਹੋਊਗੀ ਛਾਪੂਗੀ ਉਦੋਂ ਹੀ ਰੇਟ ਹਰੇਕ ਸਾਲ ਰਿਵਾਈਜ਼ ਕਰਦਾ ਮੈਂ ਹੁਣ ਤੁਸੀਂ ਕੋਈ ਵੀ ਸਰਕਾਰੀ ਕਿਤਾਬ ਚੱਕ ਲਓ ਜੀ ਮੰਨ ਲਓ ਕੋਈ ਮੈਥ ਦੀ ਕਿਤਾਬ ਹੈ ਉਹ 'ਤੇ 55 ਰੁਪਏ ਰੇਟ ਹੈ ਲਿਸਟ ਅੱਜ 2022 ਦੀ 75 ਰੁਪਏ ਦੀ ਹੈ ਹੁਣ ਅਸੀਂ 20 ਰੁਪਏ ਗਾਹਕ ਵਿੱਚੋਂ ਸਿਲੇਬਸ ਸਾਰਾ ਕੁਛ ਸੇਮ ਹੈ ਜੀ ਹਾਂ ਰੇਟ
तीन कापिया ने दोबारे चाली ₹2,80 ₹120 ₹1,800 बन गए सोमवार बिल चाहे स्कूल भेज दूंगा होर दस बच्चे का नाम लिखा जो बस अपने को कर लो तो नोट हाँ मतलब नोट करा दो बहुत कुछ कर देने लान ये इन आप हम सरकारी किताबा क्यों नहीं डिपो पूरी कर सकते चलो है अपने लोगों भड़काने वास्ते हुंदियां ने सरकार तेनू भी पता लग जू मैनू पता लग जू भाई ये की करते ने की ना करते ने बोट का तेने भी झाड़ू पाई है मैं भी झाड़ू पाई है बोट बाट का नहीं होता बोट का तो सुशमी जरूरी बोलो जी डॉटर ऑफ जी ਕੀ ਚੀਜ਼ ਡਾਟਰ ਆਫ ਸੁਸ਼ਮੀਤ ਕੌਰ ਫਾਦਰ ਦਾ ਨਾਮ ਗੁਰਪ੍ਰੀਤ ਹੈ ਗੁਰਪ੍ਰੀਤ ਸਿੰਘ ਜੀ ਕਾਪੀਆਂ ਚ 12 ਕਾਪੀਆਂ ਕਿਹੜੀ ਕਲਾਸ ਚ ਹੈ ਜੀ ਇਹ ਜਿਹੜੀ ਕਿਤਾਬਾਂ ਨੇ ਸੀ ਇਹ ਨਾ ਤੀਜੀ ਹੈ ਤੀਜੇ ਹੈ ਨਾ ਓਕੇ ਜੀ ਜੀ 1920 ਰੁਪਏ ਤੂੰ ਕਾਲ ਨੂੰ ਕਹੀ ਵੀ ਨਾ ਤੇ ਜੀ ਐਨ ਮੋਬਾਈਲ ਨੰਬਰ ਲਿਖਾਓ ਜੀ 9867 ਮੈਥੋਂ ਨਹੀਂ 8024 ਠੀਕ ਹੈ ਬ੍ਰਦਰ ਹੋਰ ਦੱਸੋ ਸ਼ੁਕਰੀਆ ਜੀ कोई दिक्कत नहीं भी ओ पता तेनू डायरी चो भी तेरा ना
ਪੰਜਾਹ ਰੁਪਏ ਦਾ ਤਾਂ ਤੂੰ ਡੈਰੀ ਵੀ ਮਿਲੂਗੀ ਨਾ। ਆ ਲਓ ਜੀ ਆਪਾਂ ਯਾਰ 20-30 ਰੁਪਏ ਵਾਸਤੇ ਆਪਦਾਰੀ 'ਚ ਥੋੜ੍ਹੀ ਫਰਕ ਬਣਨੇ ਹੈਗੇ ਉਹ ਤੁਹਾਨੂੰ ਡੈਰੀ ਸਕੂਲ 'ਚ ਰੁਕਣੀ ਲਾਉਣਗੇ ਅੱਗੇ ਨੂੰ ਕੋਈ ਕਿਤੇ ਮਰਜ਼ੀ ਪੜਾਵੇਂ ਜੇ ਸਰਕਾਰੀ 'ਚ ਪੜਾਵੇਂ ਗਾਗ ਤਾਂ ਸਾਡਾ ਰਹਿਣਾ ਚਾਹੀਦਾ ਹੈ ਉਹ ਤਾਂ ਹੈ ਗੱਲ ਸ਼ੁਕਰੀਆ ਜੀ ਬਾਈ ਗੁਰੂ ਪਿਤਾ ਸਾਹਿਬ ਨੇ ਨਾਲ ਸਮਾਨ ਲੈਣਾ ਵਾ ਇਸ ਤੋਂ ਮੋਰ ਮਾਰ ਲਵਾਈਏ ਕਿ ਨਾ ਨਾ ਦੱਸੋ ਲੋੜ ਨਹੀਂ ਸਾਈਨ ਕਰਕੇ ਦੇ ਤਾਂ ਤੁਸੀਂ ਜਿਹੜੀ ਵੀਡੀਓ ਦੇਖੀ ਹੈ ਅਸੀਂ ਉਹ ਕਿਤਾਬਾਂ ਲੈ ਕੇ ਆਏ ਹਾਂ ਬਾਈ ਹੋਰੀ ਨਾਲ ਸੀ ਅਤੇ ਬਾਈ ਅਸਲ ਦੇ ਵਿੱਚ ਹੁਣ ਉਹ ਦੱਸਿਓ ਜਿਹੜਾ ਕਿਤਾਬਾਂ ਲੈ ਕੇ ਆਏ ਹੋ ਕੀ ਫਰਕ ਸੀ ਅਸਲ ਦੇ ਵਿੱਚ ਕੀ ਨਿਕਲਿਆ ਬਾਈ ਜੀ ਕੱਲ੍ਹ ਅਸੀਂ ਕਿਤਾਬਾਂ ਲੈਣ ਗਏ ਸੀਗੇ ਕੱਲ੍ਹ ਸਾਨੂੰ ਫਰਕ ਲੱਗਾ ਮਾਰਕੀਟ ਰੇਟ ਦਾ ਅਸੀਂ ਅੱਜ ਉਹਦੇ ਦੁਬਾਰਾ ਬਿੱਲ ਲੈਣ ਗਏ ਸੀਗੇ ਕਿ ਉਸ ਕਰਕੇ ਸਾਨੂੰ ਦੁਬਾਰਾ ਕਿਤਾਬਾਂ ਲੈਣੀਆਂ ਪਈਆਂ ਬਿੱਲ ਸਾਨੂੰ ਉਹਨੇ ਅੱਜ ਵੀ ਦਿੱਤਾ ਆਹ ਵੀ ਇੱਕ ਪਰਚੀ ਕਰਕੇ ਦਿੱਤੀ ਸੈਨ ਮਾਰ ਕੇ ਕਿ ਕਹਿੰਦਾ ਬਿੱਲ 2-4 ਦਿਨਾਂ ਨੂੰ ਲੈ ਜੀ ਸਾਨੂੰ GST ਪੈਂਦੀ ਹੈ ਬਾਈ ਇੱਕ ਤੁਹਾਨੂੰ ਹੋਰ ਵੀ ਇੱਕ ਵੱਡੀ ਗੱਲ ਦੱਸ ਰਿਹਾ ਜੀ ਆਹ ਦੇਖੋ ਜੀ ਇੱਕ ਕਿਤਾਬ 'ਤੇ ਉੱਪਰਲੇ ਪਾਸੇ ਇੱਕ ਥੋੜ੍ਹਾ ਜਿਹਾ ਮੋਹਰ ਲੱਗੀ ਹੋਈ ਹੈ ਜੀ ਕਿਤਾਬਾਂ 'ਤੇ ਨੋਟ ਫੋਰ ਸੇਲ ਲਿਖਿਆ ਜਿਹੜੀਆਂ ਪਹਿਲਾਂ ਕਿਤਾਬਾਂ ਲੱਗੀ ਗਈ ਸੀ ਉਹਨਾਂ 'ਤੇ ਵੀ ਨੋਟ ਫੋਰ ਸੇਲ ਹੈ ਜਿਹੜੀਆਂ ਅੱਜ ਲੈ ਕੇ ਆਏ ਆ ਨਵੀਆਂ ਉਹ 'ਤੇ ਵੀ ਹੈ ਇੱਕ ਆਹ ਪਹਿਲਾਂ ਦੀ ਕਿਤਾਬ ਜਿਹੜੀ ਕੱਲ੍ਹ ਪਰਸੋਂ ਲੈ ਕੇ ਸੀ ਆਹ ਕਲੀਅਰ ਆ ਰਿਹਾ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਨੋਟ ਫੋਰ ਸੇਲ ਸੋ ਇਹ ਪਤਾ ਨਹੀਂ ਕੀ ਚੱਕਰ ਹੈ ਕਿੱਥੋਂ ਕਿਤਾਬਾਂ ਆਈਆਂ ਨੇ ਜਿਹੜਾ ਇਹਨੂੰ ਕਿਹਾ ਸੀ ਕਿ ਸੇਲ ਨਹੀਂ ਕਰਨੀਆਂ ਪਰ ਇਹਨਾਂ ਨੂੰ ਬਾਈ ਉਹਨਾਂ ਨੂੰ ਸੇਲ ਕਰੀਆਂ ਤੁਸੀਂ ਲਾਈਵ ਦੇ ਵਿੱਚ ਵੀਡੀਓ ਦੇਖ ਸਕਦੇ ਹੋ ਅਤੇ ਬਾਈ ਜਿਹੜਾ ਪਰਚੀ ਦੇ ਵਿੱਚ ਲਿਖਿਆ ਗਿਆ ਸੀ ਉਹਨਾਂ ਨੇ ਉਹ ਵੀ ਥੋੜ੍ਹਾ ਦੱਸਿਓ ਹਾਂ ਪਰਚੀ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਪਰਚੀ ਦੇ ਵਿੱਚ ਇੱਧਰਲੇ ਪਾਸੇ ਉਹਨਾਂ ਨੇ ਉਹਨਾਂ ਨੇ ਡਾਇਰੀ ਲਾਈ ਸੀ ਜਿਹੜਾ ਸੀ ਸਾਨੂੰ ਉਹਨਾਂ ਨੇ ਦੱਸਿਆ ਨੀਗਾ ਉਹ ਅਸੀਂ ਨੇ ਬਾਅਦ 'ਚ ਜੋੜ ਦੇਖਿਆ ਕਿਤਾਬਾਂ ਦਾ ਉਹਨਾਂ ਨੇ 50 ਰੁਪਏ ਲਾਏ ਸੀ ਉਹ ਦੱਸਣ ਤੋਂ ਬਜਾਏ ਮਤਲਬ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ 50 ਰੁਪਏ ਲਾ ਕੇ ਨੇ ਉਹਨਾਂ ਨੇ ਸਾਨੂੰ ਡਾਇਰੀ ਦਿੱਤੀ ਨਹੀਂ ਕਹਿੰਦੇ ਸਕੂਲ 'ਚ ਪੈਸੇ ਸਾਤੋਂ ਕੱਟ ਗਏ ਜੇ ਸਾਨੂੰ ਡਾਇਰੀ ਅਜੇ ਤੱਕ ਮਿਲੀ ਨਹੀਂ ਉਹ ਬੱਚੇ ਨੂੰ ਮਤਲਬ 10 ਦਿਨ ਹੋ ਗਏ ਸਕੂਲ ਜਾਂਦੇ ਨੂੰ ਡਾਇਰੀ ਸਾਨੂੰ ਦਿੱਤੀ ਨਹੀਂ ਅਜੇ ਤੱਕ ਉਹਨਾਂ ਨੇ ਇਹ ਤਾਂ ਇੱਕ ਛੋਟੀ ਜਿਹੀ ਗੱਲਬਾਤ ਹੈ ਇੱਕ ਛੋਟੇ ਜਿਹੇ ਸ਼ਹਿਰ ਦੀ ਗੱਲਬਾਤ ਹੈ ਲਹਿਰੇ ਦੀ ਉੱਥੇ ਡਾਇਰੀ ਕਿਤਾਬਾਂ ਲੈਣ ਤੋਂ ਪਹਿਲਾਂ ਪਹੁੰਚ ਗਈ ਸਕੂਲ 'ਚ ਡਾਇਰੀ ਪਹੁੰਚ ਕਹਿੰਦੇ ਤੁਸੀਂ ਸਕੂਲ 'ਚੋਂ ਜਾ ਕੇ ਡਾਇਰੀ ਲੈ ਲਿਓ ਅਤੇ ਪੈਸੇ ਕੱਟੇ ਨੇ ਪੰਜਾਬ ਬੁੱਕ ਡਿਪੂ ਵਾਲੇ ਨੇ ਤਾਂ ਤੁਸੀਂ ਦੇਖ ਸਕਦੇ ਇੱਕ ਵੱਡੀ ਗੱਲ ਹੋਰ ਹੈ ਜਿਵੇਂ ਆਪਾਂ ਤਰਾਸ ਦੀ ਹੈ ਕਹਿ ਲਈਏ ਪੰਜਾਬ ਦੀ ਕਹਿ ਲਈਏ ਦੋ ਬੋਰਡ ਵੱਡੇ ਆਪਣੇ ਹੈਗੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ CBSE ਬੋਰਡ ਤੀਸਰਾ ਬੋਰਡ ਹੈਗਾ ਤਾਂ ਉਹ ਘੱਟ ਸਕੂਲ ਨੇ ਜ਼ਿਆਦਾ ਕਰੀ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਸਕੂਲ ਹੈ ਕਿਤਾਬਾਂ ਅਲੱਗ ਅਲੱਗ ਨੇ ਸਾਰੇ ਨੇ ਸੋ ਮਾਪੇ ਆਪਸ ਦੇ ਵਿੱਚ ਹੀ ਕਨਫਿਊਜ਼ ਹੁੰਦੇ ਨੇ ਕਈ ਵਾਰੀ ਗਵਾਂਢ ਦਾ ਜਵਾਕ ਜੇ ਉਹ ਵੀ LKG 'ਚ ਪੜ੍ਹਦਾ ਗਵਾਂਢ ਦਾ ਵੀ LKG 'ਚ ਪੜ੍ਹਦਾ ਪਰ ਆਪਸ 'ਚ ਜੇ ਉਹਨਾਂ ਨੇ ਕੋਈ ਕੰਮ ਸਾਂਝਾ ਬਹਿ ਕੇ ਕਰਨਾ ਹੁੰਦਾ ਉਹ ਨਹੀਂ ਉਹ ਕਰ ਸਕਦੇ ਹੈਗੇ ਕੀ ਲੱਗਦਾ ਬਾਈ ਜੀ ਸੱਚਾਈ ਹੈ ਹਾਂਜੀ ਬਿਲਕੁਲ ਸਹੀ ਹੈ ਜੀ ਜਾਣੀ ਕਿ ਮਤਲਬ ਕਿ ਇੱਕ ਬੱਚੇ ਨੇ ਮੇਰੇ ਪਿਛਲੇ ਸਾਲ ਵਾਲੀਆਂ ਕਿਤਾਬਾਂ ਦੀਆਂ ਉਹ ਐਤਕੀ ਨੂੰ ਸਕੂਲਾਂ ਨੇ ਕਿਹਾ ਵੀ ਦੁਬਾਰਾ ਨਵੀਆਂ ਕਿਤਾਬਾਂ ਲਓ ਕਿ ਉਹ ਜਦੋਂ ਦੁਬਾਰਾ ਲੱਗੀਆਂ ਨਹੀਂ ਉਹ ਕਿਤਾਬਾਂ ਜੀ ਉਹ ਆਹ ਕਿਤਾਬਾਂ ਪਈ ਹੈ ਜਿੱਥੇ ਆਹ ਇੱਕ ਹੋਰ ਹੈ ਵੀਰੇ ਆਹ ਜਿਹੜੇ ਬਾਰਕੋਡ ਲੱਗੇ ਨੇ ਜਾਲੀ ਨੇ ਵੀਰੇ ਆਹ ਬਾਰਕੋਡ ਜਾਲੀ ਹੈ ਇਹ ਕਿਤਾਬ ਤੇ ਅਸੀਂ ਚਕਾ ਕੇ ਦੇਖੇ ਬਕਾਇਦਾ ਮੋਬਾਈਲ ਕੁਝ ਹੋਰ ਚੱਕਦਾ ਇਹਦੇ ਲੱਗਿਆ ਕੁਝ ਹੋਰ ਹੈ ਆਹ ਪਰਚੀ ਵੀ ਆਹ ਪਰਚੀ ਦੁਬਾਰਾ ਲੱਗੀ ਹੈ ਆਹ ਦੇਖੋ ਆਹ ਪਰਚੀ ਐ ਉਤਰੂਗੀ ਇਹ ਦੁਬਾਰਾ ਉਹ ਬਾਹਰਲੀ ਪਰਚੀ ਆਮ ਲੱਗੀ ਹੈ ਪਰਚੀ ਆਹ ਪੱਟ ਕੇ ਦਿਖਾ ਦੋ ਬਾਈ ਪੱਟ ਕੇ ਦਿਖਾ ਦੋ ਪਰਚੀ ਆਹ ਵੀ ਪਰਚੀ ਪੱਟ ਗਈ ਜੀ ਉਹ ਵੀ ਪਰਚੀ ਪੜਦੀ ਹੈ ਆਹ ਦੋਈ ਦਿਨਾਂ ਜਿਹੜੀ ਨਾਲ ਬਲੇਡ ਨਾਲ ਕੱਟੀ ਹੋਈ ਹੈ ਹਾਂਜੀ ਹਾਂ ਆਹ ਦੇਖੋ ਜੀ ਨਵੀਂ ਕਿਤਾਬ ਲਿਆਂਦੀ ਸੀ ਕੱਲ੍ਹ ਉਹਦੀ ਪਰਚੀ ਮੰਨ ਕੇ ਚੱਲ ਕੱਟ ਕੇ ਪਰਚੀ ਲਾਈ ਹੋਈ ਸੀ ਅਸੀਂ ਤਾਰ ਕੇ ਦਿਖਾਈ ਹੈ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਸੱਚ ਆ ਵੀ ਇਹ ਆਪਣਾ ਰੇਟ ਕੱਟਿਆ ਗਿਆ ਉੱਤੇ ਸਟੀਕਰ ਲਾਇਆ ਗਿਆ ਸੀ ਇਹਨਾਂ ਨੇ ਆਪਦਾ ਗੁੰਡਾਰਾ ਚਲਾ ਰੱਖਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਭਗਵੰਤ ਮਾਨ ਸਾਹਿਬ ਤੋਂ ਵੀ ਇਹਨਾਂ ਦੇ ਨੱਥ ਪਾਈ ਜਾਵੇ ਦੱਸੋ ਗਰੀਬ ਲੋਕ ਕਿੱਥੇ ਜਾਣਗੇ ਤੁਹਾਡੇ 'ਤੇ ਆਸ ਕਰਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਇੱਕ ਮੌਕਾ ਦਿੱਤਾ ਸੀ ਪਰ ਇਸ ਕਰੀ ਤੁਸੀਂ ਨਿਗਾਹ ਮਾਰੋ ਵੀ ਬਹੁਤ ਬੁਰਾ ਹਾਲ ਹੋ ਜੂਗਾ ਇਸ ਤਰ੍ਹਾਂ ਪਹਿਲਾਂ ਵੀ ਹੋਇਆ ਪਿਆ ਹੁਣ ਵੀ ਹੋ ਰਿਹਾ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਵੀਡੀਓ ਦੇ ਵਿੱਚ ਅਸੀਂ ਲਾਈਵ ਤੁਹਾਨੂੰ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਕਾਇਦਾ ਐਡੇ ਹੌਸਲੇ ਬੁਲੰਦ ਹੋ ਰਹੇ ਨੇ ਜਿਹੜੇ ਡਿਪੂ ਵਾਲਿਆਂ ਦੇ ਕਹਿੰਦੇ ਕਿ ਸਾਨੂੰ ਕੋਈ ਸਰਕਾਰ ਦਾ ਸਾਨੂੰ ਡਰ ਨਹੀਂ ਹੈਗਾ ਉਹ ਤੁਸੀਂ ਸਭ ਕੁਝ ਵੀਡੀਓ ਦੇ ਵਿੱਚ ਦੇ ਸਕਦੇ ਹੋ ਸੋ ਉਮੀਦ ਹੈ ਕਿ ਪੰਜਾਬ ਦੇ ਮਾਪੇ ਪੰਜਾਬ ਦੀ ਜਵਾਨੀ ਇਹ ਮਸਲੇ 'ਤੇ ਜ਼ਰੂਰ ਇਕੱਠੇ ਹੋ ਕਿਉਂਕਿ ਸਿੱਖਿਆ ਦਾ ਜਿਹੜਾ ਸਾਡਾ ਅਧਿਕਾਰ ਹੈ ਬਹੁਤ ਚੰਗਾ ਖੇਤਰ ਦੇ ਵਿੱਚ ਆਪਾਂ ਨੇ ਅੱਗੇ ਬੁਲੰਦੀਆਂ ਛੂਹਣੀਆਂ ਹੁੰਦੇ ਨੇ ਸਾਡੇ ਬੱਚਿਆਂ ਨੇ ਭਵਿੱਖ ਬਣਾਉਣੇ ਹੁੰਦੇ ਨੇ ਤਾਂ ਸ਼ੁਰੂ ਤੋਂ ਸਾਡੇ ਨਾਲ ਧੋਖੇ ਧੜੀਆਂ ਹੋਣ ਲੱਗ ਰਹੀਆਂ ਨੇ ਸੋ ਆਪਾਂ ਸਾਰੇ ਅਵੇਅਰ ਹੋਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਜਿਹੜੇ ਹੋਰ ਇੱਦਾਂ ਦੇ ਜਿਹੜੀਆਂ ਵੱਡੀਆਂ ਮੱਛੀਆਂ ਬੈਠੀਆਂ ਨੇ ਉਹ ਵੀ ਫੜੀਆਂ ਜਾਣ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀ ਕੰਪਨੀ ਨਾਲ ਗੱਲਬਾਤ ਕਰਨ ਦੀ ਉਹ ਵੀ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਦਿਖਾਵਾਂਗੇ ਜੁੜੇ ਰਹੋ ਜੀ ਪੰਜਾਬ ਸਤਾਨ ਦੇ ਨਾਲ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਜਿਹਨਾਂ ਨੇ ਕਿਤਾਬ ਨੇ ਪਬਲਿਸ਼ਰ ਨੇ ਉਹਨਾਂ ਨੂੰ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਲਹਿਰੇ ਤੋਂ ਗੱਲ ਕਰ ਰਹੇ ਸੀ ਜੀ
सर एक पंजाब बुक डिपो तो अं किताबा लेके आए हैं जी यूके जी क्लास दियाँ तो सर उत्ते जिहड़े प्रिंट रेट लगे हुए ने जी वह कटिंग करके स्टिकर लगे हुए ने उपर हाँ वो कंपनी का कोई तुहाडे वल्लों लगाए गए ने जां किहदे वल्लों लगाए गए ने वैसे वह चलो फोटो भी भेजा बुका लाने स्टिकर नहीं सर एक पंजाबी दे जी अनमोल अखर ज्ञान जी हाँ जी सर हाँ जी हाँ नहीं सर जो कटिंग तो वालों की हुई है वो नहीं नहीं सर किताब तो खर थोड़े को गई होगी तुम कटिंग करके तो स्टिकर लाए हुए ने अपने कुछ नहीं सर साडे वाला नहीं है कुछ तो वो फिर बुक डिपो वाले दी है जी गलती है नहीं सर क्लियर स्टिकर भेज भी दिना पर मैं तुम दस रहा ना कि जिहड़ा लास्ट जिते अपना रेट लिखा होंगे खूंजे दे विच जमी नीचे उत्थे जिहड़ा रेट है वह कट के उहदे नाल कटिंग करी हुई है रे मेरा एसीआर दा प्राइस सर जिहड़ा साडा बुक दा ओह मैं तुहानूं दसदा ते तुसीं कहोर दसो सर जे कई वारी तुहाडे कोले पिछली वार दा कोई स्टॉक बच जांदा है जां अगले साल तुसीं बेचदे हो उस स्टॉक नूं हां जी सर डिस्पोज ऑफ तां नहीं होएगा सर सेल तां होएगा ही ओह नहीं ओह फिर रेट घट वध करके बेचदे हो हां जी मैं कह रेट घट वध करके बेचदे हो फिर ओह स्टॉक बचदा ही नहीं आपां हां जी हां जी कोई ब्लेड ना तुसी तां नहीं फिर कटिंग करदे सर कटिंग आपा क्यों करनी है मैनूं ये दसो सर साडे कोल जिहड़ियां असीं बुकां चार जने बुकां लेके आए असीं तुहाडी सारी गल समझ गया चारों बुक्स ते तां नहीं होया जी सर जी उपर बाकी होर दसो सर इक बुक रेट कट के दोबारा रेट लगेगा अपना स्टिकर लगेगा होर चलो सर इदां इक वारी मैं सारी थोनी इमेज क्लियर कर देना तुसी मैनूं क्लियर पिक्चर भेजो सर इक होर गल दसो जी इक गल होर रहणी जी उह ते सर नॉट फॉर सेल लिखा हुआ है किताबां ते अनमोल अखर ज्ञान दी पंजाबी दी किताब है सर किदा नॉट फॉर सेल हां जी हां उहदे उपर लिखा हुआ है जी स्टैंप लगी हुई है जी सर फोटो भेज दो मैनूं ओहदी वी सर फोटो थोड़ी जी क्लियर नहीं आ गई ओह वैसे कलर नहीं हैगी ओह वैसे मोर लगी है जी वैसे उपर इक सर आईडिया नहीं है मैनूं सर ओहदा तुसीं नॉट फॉर सेल दा कोई सैंपल वगैरह दा भेज दो वैसे इदां कुछ सर स्कूल नूं सैंपल तां दे नहीं हुंदे ना नहीं नॉट फॉर सेल लिख के चलो ठीक है सर वेट करदा दोबारा मैं फोटो भेज रहा जी शुक्रिया असीं देखा कॉल लाई गई सी पब्लिशर नूं जिहड़े समाइल वार्ड वाले ने ते एड्रैस तुसीं आ नीचे देख सकते हो जिहड़ा इहनां दा जलंधर एड्रैस सी सो इन्हां ने कहा गया कि साडे वल्लों कोई नहीं जिहड़ा कटिंग कीती गई पुराना स्टॉक असीं कढ दिंदे आ पूरी क्लीयर गल नहीं तुसीं सुनी है कि दसी कि ना तां इह कहा गया कि असीं लाउंदे नहीं हैगे ना इह कहा गया कि असीं लाया गया नाल जदों असीं मूहरे इहनूं मोहर दिखाई कहिंदे असीं कोई फ्री नहीं दिंदे हैगे ते नाले कहा गया असीं स्कूलां नूं भेजदे आ पर जिहड़ी साडी गल्लबात इत्थे मापिआं नूं आ इहनां नूं इह किताबां जिते नॉट फॉर सेल लिखा है पैसों की मिली है हुण दोबारा असीं उहनूं फोटो भेजदे आ ते कोशिश करांगे कि जिहड़ा दोबारा उहदा की कहिणा है असीं दोबारा फोन ला रहे हैं जी पब्लिशर नूं पहलां नूं दोबारा चक्किआ है किसे दूजी कॉल ते व्यस्त है कृपा करके इंतजार करो लगातार बिजी आ रहा जी दो तीन बार असीं ट्राई कर लिया फोन सो फोन दा बिजी आ रहा दूसरे कॉल ते व्यस्त चल रहे जी जिहड़ा गाहां वाला पब्लिशर है असीं दोबारा फिर कोशिश कर रहे हैं जी असीं दोबारा फिर सत्तवीं बार फोन ला चुके हैं कि
उन्हों का पक्ष पता लगे कि कह रहे हैं असल दे विच। सो उन्होंने फोटो भी सब तो मंगाई सी, फोटो भी भेज दी गई। सो पर पता नहीं की चक्कर होया, फोन बिजी आ रहा, कदे वेटिंग आ जाता, कदे कट देंगे फोन का, अजे तक प्रोपर उन्होंने गल नहीं हो पा रही। पर असी ट्राई करांगे, जो तक साडी कोशिश रहूगी जारी। जुड़े रहो जी साडे नाल। हाँ जी भाई जी। हाँ जी सर, फोटो भेजते सी तुहानू। सर मैं फोटो देखन लगा, देख के ना मैं अगे कंपनी फॉरवर्ड करन लगा, तुसी मैनू हाफ एन आवर ते कॉल कर दो। किहड़े नंबर ते जी? इसी नंबर ते फोन कर लो अद्धे घंटे तक। अद्धा घंटा सर बहुत ज्यादा लेट हो जाऊगा जी। तुसी देख लो भी तुहाडे वल्लों इह कीता जा गया या ना। सर देखो हुण मैं कंपनी चो भेजी है फोटो, मैनू ओथों पता लगेगा ना। कंपनी केहड़ी है सर? सर साडी कंपनी है स्माइल वर्ल्ड, सुमित प्रकाशन पब्लिकेशन है साडी। एक बार तुसी फोटो ता देख लो एक बारी। सुनाई गई है के फोटो भेजे नूं घट्ट घट्ट 10-15 मिनट हो गए, हजे कहिंदे असीं फोटो कंपनी नूं भेजांगे। कंपनी दे मालक कौन ने? खुद जिहड़े गल्लां बातां कर रहे ने। पर किहड़ी कंपनी नूं भेजणगे, किहड़े मालक नूं भेजणगे, वो दुबारा वेट करदे इहनां दी। कहिंदे अद्धे घंटे तक करो, शाम का टाइम भी काफ़ी हो चुका जी, आपां जे कि नेरा होण वाला अद्धा घंटा कहिंदे वेट करो, असीं तुहानूं रिप्लाई देवांगे। सो कोशिश करांगे, जुड़े रहांगे, इहनां नाल दुबारा गल करन दी कोशिश करांगे। तुसीं भी जुड़े रहो जी साडे नाल लाइव वीडियो दे नाल, आपां पक्ष लवांगे उहनां दा जरूर। असीं तकरीबन सवेर तो जिहड़ा मसला ज़्यादा उठाया हुआ सी किताबां वाला कि किवें मापियां दी लुट हो रही है, वो असीं वह दुपहर तो खड़े हाँ, तो अज्ज तुसीं पिछे देख सकते हो कि किन्ने टाइम तो उही जगह असीं वेट कर रहे हैं। तो दोबारा असीं एक बार फिर कोशिश करते हैं, क्योंकि जिन्हों असीं जलंधर वाले जिहड़े पब्लिशर ने उन्होंने फोन लाने, 10 मिनट दे दो, 5 मिनट दे दो, 20 मिनट दे दो, अद्धा घंटा दे दो, जो लाने तो फोन बिजी आउंदा, कदे गल नहीं हुंदी। तो दोबारा असी फिर एक बार लास्ट बार असी कोशिश करते हैं, क्योंकि कुछ लोग कहेंगे कि एक बार उन्होंने कंपनी का, कल वो कह सकते हैं कि सानू फोन नहीं किया। तो असी दोबारा एक लाइव दोबारा फिर उन्होंने फोन लाने की कोशिश करा। भाई जी की लगता जो आप हूँ गलां बातें कर रहे थे? देखो जी बहुत टाइम हो गया जी फोन लाने, 5 मिनट 10 मिनट कही जाते हैं पर कोई रिप्लाई नहीं आ रहा। सानू खड़े बहुत टाइम होया, हुण नेरा भी हो चुके, लहरे खड़े हैं असी, बाकी फोन का दोबारा ला लेने ट्राई कर लेने, पर बार बार वेटिंग आ रहे उन्होंने फोन। आ देख सकते हो जी दोबारा फिर कोशिश करो, जिस नंबर से आप संपर्क करना चाहते हैं वह अभी स्विच ऑफ है। स्विच ऑफ आ गया फोन कुछ समय पश्चात, तो जो फोन सी वह हुण उहदा स्विच ऑफ आ चुके है। सो ये ने जी हालात साढ़े पंजाब दे, कि जिहड़ी मेन हजे उतो बड़ियां मच्छियां का पता लगना सी कि जिहड़े स्टिकरां दी गल सी, जिहड़े रेटां दी गल सी, भी उह की स्कूल मर्जी मन मर्जी ला रहे सी, जां बुक डिपो वाले ला रहे सी, जां पब्लिशर वल्लों कोई रेटां दे विच हेर फेर की जा रही सी। क्योंकि जिहड़ा आपां पहलां गल की है तुसीं सारी वीडियो दे देख सकते हो। बई जी हुण तुहाडे असल दे विच हुण की कहना दर्शकां नूं? बई इहदा लुट है, सरेआम लुट है, सानूं तां लगदा लुट है, बाकी पब्लिक करूगी फैसला, जो करूगी ना बाकी देख लैणगे। बई जिहने वीडियो पाऊंगे असीं इह प्रशासन तों मंग करदे आं भी इहनूं चंगी गौर नाल देखिया जावे, जो अज दे हालात बने पए ने। जे हालात रहे तां पढ़ाई समझ लो एक व्यापार का धंधा होगी, ठीक है ना। इस मुद्दे ते असीं भगवंत मान नूं कहिंदे आ, मौजूदा सरकार नूं कहिंदे आ भी साडी सुनवाई होवे, नहीं तां विद्या है जिहड़ी उह इक व्यापार का धंधा बन के ही रह जाणी है। सो जिहड़ा हुण फैसला उह तुहाडा जनता दा फैसला है कि तुसीं इस नूं फैसले नूं किवें की रूप देना है, क्योंकि साडी जिहड़ी कोशिश सी, जिहड़ा मसला सी, एक लहरे का मसला सी तुहाडे ध्यान च लिआता, क्योंकि पंजाब किड्डा किन्ने शहरां दे विच किन्ने पिंडां दे विच इस तरह के गोरख धंधे कह लिया ये जिहड़े चलते रहे। सो हुण फैसला तुहाडा कि इस वीडियो नूं वध तों वध शेयर करियो, तां कि प्रशासन तक सरकार तक ये गल जरूर पहुँच सके। आने वाले टाइम आपां किसी होर मुद्दे नाल किसी होर लोक समस्या नाल तुहाडे रूबरू होवांगे, तद तक लई सानूं इजाजत दिओ जी, धन्नवाद।